हेलो गाइस, ते अज दे नवे ब्लॉग तुहाडा सारयां दा स्वागत है। ते उम्मीद करदा तुसीं सारे जणे वधिया होवोगे। अज दे ब्लॉग आपां तुहानूं दिखाउण लगे आ बिना पैसों तों स्पलेंडर दी किवें आपां एग्जॉस्ट टाइप आवाज बना सकदे आ। ते तुसीं ब्लॉग नूं देखियो प्रॉपर, ते तुहानूं दिखावांगे आपां किवें आवाज बणदी हुंदी उहदी एग्जॉस्ट टाइप। फिर देखियो आवाज करदा घूं घूं दिखावांगे, उह तुहानूं आप नूं पता लग जी जदों आपां करता उह जगाड़ वी किवें आवाज करदा किवें ना। तो बाकी वो चीज़ पिछे दु एक होर भी अड आनी हुंदी है चीज़, फिल्टर जहाँ 250-300 रुपए का भी जे आप छोटा फिल्टर पा दीए तो आवाज़ करता, वो कोई चक्कर नहीं होता। जे आप रिजनल फिल्टर भी कढ़ दीए जिहड़ा इहदा उहदे नाल भी आवाज़ बन जाती है कल्ला। तो 250 वाला जे पावांगे उत्ते दी टापा कस दांगे आवाज़ उहदे राही भी नहीं बननी, कल्ला फिल्टर कढ़ना पैंदा उहदा, फिर भी फिर आवाज़ बनती हुंदी है। तो चलो हुण करदे आपां प्रोसैस स्टार्ट, तो फिर देखियो की कुछ करना पैंदा। ओरिजिनल आवाज़ दिखावांगे। हाँ ਹੁਣ ਹੈਗੀ ਆ ਸਵੇਰ, ਤਾਂ ਕਰਕੇ ਆਪਾਂ ਪਹਿਲੀ ਕਿੱਕ ਤੇ ਸਟਾਰਟ ਕਰਿਆ। ਦੇਖੋ ਹੁਣ ਚੈੱਕ ਕਰਿਓ ਤੁਸੀਂ ਰੀਜਨਲ ਸਾਊਂਡ, ਫਿਰ ਆਪਾਂ ਚੈੱਕ ਕਰਾਵਾਂਗੇ ਤੁਹਾਨੂੰ ਦੂਜੀ ਸਾਊਂਡ ਚੈੱਕ। ਤੇ ਚਲੋ ਫਿਰ ਬਣੇ ਰਹੋ ਵੀਡੀਓ ਦੇ ਵਿੱਚ ਅੱਗੇ, ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ। ਤੇ ਚਲੋ ਫਿਰ ਚਾਹੀਦੇ ਆ ਉਹ ਵੀ ਕਮੈਂਟ ਕਰ ਦਿਓ। ਤੇ ਚਲੋ ਫਿਰ ਹੁਣ ਕਰਦੇ ਆਪਾਂ ਸਟਾਰਟ, ਤੇ ਦੇਖੋ ਵੀਡੀਓ ਅੱਗੇ। ਲਓ ਵੀ ਹੁਣ ਖੋਲਣ ਦਾ ਸਮਾਨ ਲੈ ਚੱਲਿਆ ਉਹ ਮੁੰਡਾ, ਤੇ ਆਪਾਂ ਇੱਧਰ ਇੱਕ ਰੀਲ ਬਣਾ ਲਈ ਆ ਇੱਥੇ, ਉਹ ਤੁਸੀਂ ਜ਼ਰੂਰ ਦੇਖ ਲਿਓ। ਆਹ ਟਾਪਾ ਖੋਲਣਾ ਆਪਾਂ, ਤੇ ਬਾਕੀ ਦੇਖ ਲਿਆ ਤੁਸੀਂ ਵਲੌਗ ਜਿਹੜਾ ਆਪਾਂ ਰਿਕਵਰ ਕੀਤਾ। ਇੱਕ ਆਹ ਟੁੱਟ ਗਿਆ ਸੀ, ਆ ਗਿਆ ਸੀ, ਤੇ ਇੱਕ ਆਹ ਚੀਜ਼ ਰਹੀ, ਆਹ ਥੋੜ੍ਹੀ ਟੁੱਟ ਗਈ ਆ ਆਹ ਇੱਥੋਂ। ਇਹ ਬਸ ਹੁਣ ਥੋੜੀ ਘੱਟ ਪਤਾ ਲੱਗ ਰਹੀ ਆ। ਇੱਕ ਪੇਜ ਕਾ ਜੀ ਚਾਹੀਦਾ, ਇੱਕ ਪੇਜ ਕਾ ਚਾਹੀਦਾ, ਬਾਕੀ ਸਮਾਨ ਨੂੰ ਦੂਜਾ ਚਾਹੀਦਾ। ਆਪਾਂ ਸ਼ਾਇਦ ਅੱਜ ਇੰਡੀਕੇਟਰ ਵੀ ਬਦਲ ਲਾਂਗੇ ਤੇ ਪੀਲੇ ਰੰਗ ਵਾਲੀ ਲਾ ਦਾਂਗੇ, ਕਿਉਂਕਿ ਇਹ ਆਪਾਂ ਨੂੰ ਵਧੀਆ ਨਹੀਂ ਲੱਗੇਗੀ ਗ੍ਰੀਨ ਕਲਰ। ਲਿਆ ਦੇਖੋ ਗ੍ਰੀਨ ਜਿਹਾ ਹੋਰ ਲੱਗ, ਆਹ ਨਟ ਖੋਲਣਾ ਬਸ ਆਪਾਂ। ਇਹਦੇ ਵਿੱਚ ਇੱਕ ਨਟ ਛੋਟੇ ਛੋਟੇ ਹੋਰ ਹੁੰਦੇ ਨੇਗੇ, ਉਹ ਖੋਲਣੇ ਨੇ ਬਸ। ਆਹ ਦੇਖੋ ਹਰਾ ਹਰੇ ਥੋੜੇ ਇਹਦੇ ਨਾਲ ਸੂਟ ਨਹੀਂ ਕਰਦੇ, ਸਮੋਕ ਹੋ ਗਈ ਨਾ ਤਾਂ ਕਰਕੇ ਹੋਰ ਲੱਗਦੇ ਥੋੜੇ ਜਿਹੇ। ਨੀਲੇ ਨੇ ਜਿਹੜੇ ਉਹ ਇਹਨਾਂ ਨਾਲ ਮੈਚ ਕਰ ਜਾਂਦੇ ਨੇ ਤਾਂ ਕਰਕੇ ਸੋਹਣੇ ਲੱਗਦੇ ਨੇ ਉਹ ਲਾਵਾਂਗੇ। ਤੇ ਹੁਣ ਆਪਾਂ ਉਹ ਨਾਟ ਖੋਲਤਾ ਸੀ ਟਾਪੇ ਵਾਲਾ, ਹੁਣ ਆਹ ਖੋਲਣੇ ਨੇ। ਤੇ ਚਲੋ ਫਿਰ ਤੁਹਾਨੂੰ ਆਪਾਂ ਦੱਸਤਾ ਵੀ ਕੀ ਕੁਛ ਖੋਲਣਾ, ਹੁਣ ਤੁਸੀਂ ਟਾਈਮ ਲੈ ਪੈਂਦੇ ਫੇਰ ਆਪਾਂ ਟਾਈਮ ਲੈ ਪਲਾ ਦਾਂਗੇ, ਟਾਈਮ ਲੈ ਪ ਇੰਜੋਏ ਕਰੋ ਹੁਣ ਤੁਸੀਂ ਬਸ। ਟਾਪਾ ਖੋਲ ਲਿਆ ਗਾ, ਆਹ ਟਾਪਾ ਬਸ ਖੋਲ ਟਾਪਾ, ਇਹਦੇ 5-6 ਨਾਟ ਹੁੰਦੇ ਨੇ ਉਹ ਸਾਰੇ ਖੋਲਤੇ। ਚਾਰ ਨਾਟ ਮੇਨ ਹੁੰਦਾ ਜਿਹੜਾ ਆਪਾਂ ਕਹਿ ਦਿੰਨੇ ਆ ਵੀ ਆਹ ਫਿਲਟਰ, ਇਹ ਫਿਲਟਰ ਕੱਢ ਦੋ ਬਸ। ਹੁਣ ਤਾਂ ਆਪਾਂ ਛੋਟੇ ਛੋਟੇ ਫਿਲਟਰ ਕਰਾਉਣੇ ਨੇ ਜਿਹੜੇ ਉਹ ਨਹੀਂ ਹੁੰਦੇ ਫਿਲਟਰ, ਜਿਵੇਂ ਕੁੱਪ ਹੁੰਦੇ ਨੇ ਤੂੜੀ ਵਾਲੇ, ਉਹ ਕੁੱਪਾਂ ਵਾਂਗੂ ਇੱਕ ਫਿਲਟਰ ਆਉਂਦਾ ਹੁੰਦਾ ਛੋਟਾ ਜਿਹਾ ਇੱਥੇ ਲਾਉਣ ਨੂੰ, ਉਹ ਛੋਟੇ ਆਪਾਂ ਉਹ ਲਾ ਦਿੰਨੇ ਹੁੰਦੇ ਆ, ਉਹਦਾ ਵੀ ਕੋਈ ਚੱਕਰ ਨਹੀਂ ਹੁੰਦਾ। ਮੈਂ ਉਹ ਫਿਲਟਰ ਵੀ ਲਾਇਆ ਸੀ ਅੱਜ ਤੋਂ ਕਰੀਬ ਮਤਲਬ ਮਹੀਨਾ ਕੁ ਪਹਿਲਾਂ ਲਾਇਆ ਸੀ ਉਹ ਫਿਲਟਰ ਮੈਂ, ਉਹ ਫਿਲਟਰ ਨਾ ਉਹ ਤਾਂ ਮੋੜ ਜਾਂਦਾ ਸੀ ਫਿਰ, ਕਿਉਂਕਿ ਉਹਦਾ ਕੋਈ ਵਰਕ ਨਹੀਂ ਹੈਗਾ, ਮੈਂ ਤਾਂ ਕਰਕੇ ਮੋੜਤਾ ਸੀ ਉਹ ਤਾਂ ਉਹਦੀ। ਉਹ ਫਿਲਟਰ ਮੈਂ ਲਾਇਆ, ਉਹ ਫਿਲਟਰ ਲਾ ਕੇ ਮੈਂ ਟੱਪ ਉਵੇਂ ਕਸਤਾ ਉੱਤੇ ਆਹ ਵਾਲਾ, ਤੇ ਆਵਾਜ਼ ਤਾਂ ਬਣੂ ਕਿਉਂਕਿ ਫਿਲਟਰ ਲਾਤਾ, ਪਰ ਮੈਂ ਜਦੋਂ ਟਾਪਾ ਕਸ ਕੇ ਸਟਾਰਟ ਕਰਿਆ ਕੋਈ ਆਵਾਜ਼ ਨਹੀਂ ਬਣੀ, ਸਾਰੀ ਆਵਾਜ਼ ਵਿੱਚ ਹੀ ਬੰਦ ਹੋ ਗਈ। ਉਵੇਂ ਆਹ ਫਿਲਟਰ ਦਾ ਕੰਮ ਹੁੰਦਾ, ਆਹ ਫਿਲਟਰ ਜੇ ਆਪਾਂ ਨਹੀਂ ਲਾਵਾਂਗੇ ਆਵਾਜ਼ ਬਣ ਜੂ ਉਵੇਂ, ਬਸ ਉਹ ਆਏ ਆ ਇਹ ਮਤਲਬ ਸਾਇਲੈਂਟ ਕਰ ਦਿੰਦੇ ਆਗੇ। ਹਾਂ ਬਸ ਉਹ ਆਏ ਆ ਇੱਕ ਵੀ ਜੋ ਫਿਲਟਰ ਆਪਾਂ ਲਾਵਾਂਗੇ ਮਿੱਟੀ ਉਹ ਫਿਲਟਰ ਨਾਲ ਵੀ ਜਾਊ, ਮਿੱਟੀ ਇਹ ਫਿਲਟਰ ਨਾਲ ਵੀ ਜਾਊ, ਬਟ ਆਏ ਆ ਪਰ ਵੀ ਜੇ ਫਿਲਟਰ ਕੱਢਾਂਗੇ ਆਪਾਂ ਜਮਾਂ। ਆ ਦੇਖੋ ਹੁਣ ਆ ਫਿਲਟਰ ਕੱਢਿਆ ਹੋਇਆ ਆਪਣਾ, ਤੁਹਾਨੂੰ ਸਟਾਰਟ ਕਰਕੇ ਦਿਖਾਉਣੇ ਹੁਣ। ਹੁਣ ਤੁਸੀਂ ਬਾਜ ਦੇਖੋ ਪਹਿਲਾਂ,
ਤੁਹਾਨੂੰ ਆਵਾਜ਼ ਫੇਰ ਵੀ ਦਿਖਾ ਦਿੰਦੇ ਬਸ ਆ ਟੱਪ ਟਾਪਾ ਸਾਈਲੈਂਟ ਕਰ ਦਿੰਦਾ ਹੁੰਦਾ ਮੋਟਰਾਂ ਕਾ ਨੂੰ ਜੇ ਆ ਫਿਲਟਰ ਪਾ ਦਈਏ ਚਲੋ ਆਪਾਂ ਪਹਿਲਾਂ ਇਹਨੂੰ ਝਾੜ ਲਈਏ ਮਾੜਾ ਜਿਹਾ ला दे जोर लगा के ਹੁਣ ਫਿਲਟਰ ਆਪਾਂ ਬੜੀ ਮਸ਼ਕਤ ਦੇ ਨਾਲ ਪਾਇਆ ਕੱਢ ਤਾਂ ਲਿਆ ਸੀ ਨਾਲੀ ਲੱਗ ਜਾਂਦਾ ਕਈ ਵਾਰ ਦੇਖੋ ਹੁਣ ਆਪਾਂ ਫਿਲਟਰ ਪਾਤਾ ਹੁਣ ਸਟਾਰਟ ਕਰਦੇ ਆ ਬਾਜੇ ਦੀ ਉਮੀ ਆ ਫਿਲਟਰ ਨਾ ਫਿਲਟਰ ਕੋਈ ਚੱਕਰ ਨਹੀਂ ਬਸ ਇਕੱਲੀ ਮਿੱਟੀ ਰੋਕ ਲਓ ਹੋਰ ਲਾਊਡ ਬਣ ਜਾਂਦੀ ਆ ਫਿਲਟਰ ਲਾ ਕੇ ਤਾਂ ਬਾਜੇ दिखाता नहीं तो फिर पता ही होंदा सारिया नूं की कुछ होना होंदा वैसे दूजे नहीं टापा लगे तो भी बहुत आवाज करते एडिटिंग करके लिखाई ऐ ऐ ऐ ब्लॉग बन दे ऐ ऐ करके मथा बहुत बाज दा तंग है चलो चलो हम आप दो चार गेड़े दे लिए फिल्टर ला के फिर फिल्टर करा आप हम खोल तो है ही चलो एक सारा ना जरूरी चीज आप भुल गए थे इंडीकेटर भी पा दिए हम नाक दे क्योंकि हरे मैं बहुत ही ज्यादा बुरे लग रहे हैं मैं चक्के लिया दो क्योंकि आप सामभ के रख देना ले आते पिटारा क्ड ला जे अपने दो इंडीकेटर बच गए सामभ के टुटे नहीं सके वह भी आप रख ले देखो पीले लाने ਜਿਹੜਾ ਆਹ ਵਾਲੇ ਪਾਏ ਵੇ ਨੇ ਉਹਨਾਂ ਨਾਲ ਦਾ ਵੱਲ ਵਾ ਇਹ ਥੋੜਾ ਜਿਹਾ ਖਰਾਬ ਨਿਕਲ ਗਿਆ ਇਹਦਾ ਵਿੱਚ ਜਿਹੜਾ ਫਿਲਾਮੈਂਟ ਹੁੰਦਾ ਉਹ ਟੁੱਟ ਗਿਆ ਸੀ ਆਉਂਦੇ ਆਉਂਦੇ ਦੇ ਰਸਤੇ 'ਚ ਆਹ ਦੇਖੋ ਆਹ ਪਏ ਨੇ ਪੀਲੇ ਵੱਲ ਆਪਣੇ ਚਾਰੇ ਦੇ ਚਾਰੇ ਸਾਂਭੇ ਐਲ ਈ ਡੀ ਆਪਣੇ ਕੋਲ ਇੱਕ ਹੋਰ ਆ ਇੱਕ ਵੱਲ ਘੱਟਦਾ ਉਹ ਜਿਹੜਾ ਕਿ ਇਹਦੇ ਵਿੱਚ ਪਿਆ ਗਿਆ ਐਲ ਈ ਡੀ ਜੇ ਆਪਾਂ ਆਹ ਖੋਲੀਏ ਚਲੋ ਹੁਣ ਤੁਹਾਨੂੰ ਇਹ ਵੀ ਕੱਢ ਕੇ ਦਿਖਾਈ ਦਿੰਦੇ ਆ ਵੱਲ ਆਪਾਂ ਨਾਲ ਹੁੰਦੇ ਆਹ ਦੇਖੋ ਇਸ ਕਰਕੇ ਆਪਾਂ ਨੂੰ ਇਹ ਵੀ ਟੇਪ ਪਟ ਨਹੀਂ ਪੈ ਸਕਦੀ ਪਰ ਆਪਾਂ ਟੇਪ ਪੜਦੇ ਨਹੀਂ ਪਟਣੀ ਨਹੀਂ ਪੈ ਸਕਦੀ बोर नहीं करते सीधे हुण आ ला के फिर तुहानूं हरे पहलवां तों पीले वाले देखो ठंड करके की बनिया पिया गा टाइम लैप लाउणे आ देखो भाई मुंडे ने टाइम लैब लाया सैंपल वीडियो ला के धरती आए तो देखा नहीं टाइम लैब चलता या सैंपल वीडियो चलती है तो हम टाइम लैब चलू वो इंजॉय करो चार इंडिकेटर बलब हम पाते चार बलब हरे थोड़ा हिसाब से कसिया करो चूड़ी कड़क कर जाते बलब ने यह जो सामभदा भी है ना कोई इन्हों जमा सही जगह से सामभ्या करो क्योंकि जो आप मन के चलो डब्बा चक लिया हम डब्बे आए हिलाई जावे
ਇਹਨਾਂ ਦੇ ਐ ਹਿਲਦਿਆਂ ਦੇ ਵਿੱਚੋਂ ਫਿਲਾਮੈਂਟ ਟੁੱਟ ਜਾਂਦੇ ਨੇ। ਆਹੋ ਫਿਲਾਮੈਂਟ ਟੁੱਟ ਕੇ ਸਾਰਾ ਘੁੱਗ ਗਿਆ। ਨਾ ਟੱਪਾ ਲਾਉਣੇ ਆ ਤੇ ਕੱਸਦੇ ਆ ਲਿਓ ਵੀ। ਤੇ ਚਲੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਹੁਣ ਚਾਰੇ ਇੰਡੀਆ। ਓਹੋ ਆ ਦੇਖੋ ਭਾਈ ਬੱਦਲ ਹੋ ਰਹੇ ਆਗੇ ਇਹ ਆਪਣਾ ਨਾ ਦਿਨ ਬਹੁਤ ਹੁਣ ਕਮੈਂਟ ਕਰਕੇ ਦੱਸਿਓ ਤੁਹਾਨੂੰ ਹਰੇ ਰੰਗ ਦੇ ਦਿਖਾਤੇ ਆ ਸੋਹਣੇ ਲੱਗ ਰਹੇ ਨੇ ਕਿ ਹਰੇ ਵਾਲੇ। ਇਹਦੇ ਨਾਲ ਜਾਣੀ ਮੇਰੇ ਹਿਸਾਬ ਨਾਲ ਆਹ ਵਾਲੀ ਸੋਹਣੀ ਲੱਗਦੀ ਆਹ ਵਾਲੀ ਜਿਹੜੀ ਚੱਲ ਰਹੀ ਆ ਹੁਣ ਇਸੇ ਗੱਲਾਂ ਕਰਕੇ ਨਾ ਅਸੀਂ ਪਤੰਗ ਨੀ ਚੜਾਉਂਦੇ। ਤੁਹਾਨੂੰ ਉਦੇ ਪੁੱਛਿਆ ਤੁਸੀਂ ਕਮੈਂਟ ਹੀ ਨੀ ਕੀਤਾ ਕਿਸੇ ਨੇ ਪਤੰਗ ਰੱਖ ਕਹਿੰਦੇ ਲਿਆਓ ਵੀ ਐ ਨੀ ਕਿਹਾ ਗਾ ਵੀ ਪਤੰਗ ਲਿਆਓ। ਮੈਂ ਕਿਹਾ ਬਲੌਗ ਲਿਆਓ ਪਤੰਗਾਂ ਦੇ ਸ਼ੋਪਿੰਗ ਵੀ ਦਿਖਾਉਣੀ ਸੀ। ਖਤਰੇ ਘੰਟੀ ਸਿਰ ਤੇ ਮਟਰਾ ਰਹੀ ਆ। ਓਹ ਇੱਕ ਹੋ ਬੈਠੀ ਉਹ ਤੰਗ ਕਰ ਰਹੀ ਆ ਕਹਿੰਦੀ ਇਹ ਪੈ ਗਈ ਗਾਲਾਂ ਉਹ ਬੈਠੀ ਲੈ ਇਸ ਕਰਕੇ ਹੁਣ ਬੰਦ ਕਰਤਾ ਗੇੜੇ ਨਹੀਂ ਕੱਢ ਰਹੇ। ਦੇਖੋ ਬਈ ਐਵੇਂ ਗਾਲਾਂ ਪੈਂਦੀਆਂ ਰਹਿਣੀਆਂ ਪਰ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਇਸ ਕਰਕੇ ਕਰ ਦਿਓ ਸਾਨੂੰ ਗਾਲਾਂ ਦਾ ਮੁੱਲ ਨਹੀਂ ਮੋੜਦੇ ਤੁਸੀਂ ਸਾਇਲੈਂਟ ਕਰਕੇ ਹੁਣ ਦੁਬਾਰਾ ਫੇਰ ਆਪਾਂ ਰਿਵਿਊ ਦਿੰਦੇ ਹਾਂ ਆਪਾਂ ਆਵਾਜ਼ ਦਾ। ਮਿਹਨਤ ਕਰਨਾ ਰੱਖ ਯਾਰੀ ਰੁੱਤ ਦੂਰ ਨਹੀਂ ਬਸੰਤ ਦੀ ਉਹ ਗਲਤ ਲੈਣ ਫੜ ਗਏ। ਚੱਲ ਕੋਈ ਨਾ ਆਪਣਾ ਵਲੋਗ ਬਣਾਉਣ ਦਾ ਮਾਣਾ ਹੈਗਾ ਪਰ ਇਸ ਵਾਰੀ ਸ਼ਾਇਦ ਆਪਾਂ ਘੱਟ ਹੀ ਲਿਆਈਏ। ਕਿਉਂ ਲਿਆਈਏ ਦੱਸ ਵੀ ਕਿਉਂ ਘੱਟ ਲਾਉਣੇ ਆ। ਇੱਕ ਤਾਂ ਆਪਾਂ ਨੂੰ ਆ ਗਿਆ ਹੁਣ ਵਿਆਹ ਇੱਕ ਨਹੀਂ ਦੋ ਵਿਆਹ ਉਹਨਾਂ ਦੇ ਵਲੋਗ ਆਪਾਂ ਲਿਆਵਾਂਗੇ ਉਹ ਦੇਖੋ। ਹਾਂ ਵਿਆਹਾਂ ਦੇ ਵਲੋਗ ਜੋ ਕਿ ਸਾਰਿਆਂ ਨੂੰ ਵੱਧ ਜ਼ਰੂਰੀ ਹੁੰਦੇ ਨੇ ਉਹ ਹੁਣ ਸਿਆਣੇ ਬੰਦੇ ਇੱਕ ਬੋਲੀਆਂ ਕਹਿੰਦੇ ਉਹ ਉੱਥੇ ਖੜਨਾ ਕਿੱਥੇ ਖੜਨਾ ਹੁੰਦਾ ਉਹ ਰੀਬਨ ਕਟਾਈ ਤੇ ਉੱਥੇ ਪਕਾਈ ਦੇਖੀ ਮਾਰਦੇ ਤੇ ਇੱਕ ਆਪਾਂ ਬੂਫਰ ਲੈਂਦੇ ਆਗੇ ਉਹ ਤੁਹਾਨੂੰ ਦੱਸਦਾ ਦਿਖਾ ਦੱਸ ਤੂੰ ਨਹੀਂ ਦਿਖਾਇਆ। ਚਲੋ ਆਪਾਂ ਇੱਕ ਸ਼ਾਰਟ ਵੀ ਤਿਆਰ ਕਰਕੇ ਪਾ ਦਾਂਗੇ ਉਹਦਾ ਹੁਣ ਤੇ ਉਹ ਉੱਤੇ ਲਾਉਣੇ ਆਗੇ ਜਾਂ ਉੱਧਰਲੇ ਘਰੇ ਬਸੰਤ ਵਾਲੇ ਦਿਨ ਲੱਗਣਗੇ ਕਹਿੰਦੇ ਮੇਰੀ ਵੀ ਉਹ ਬਾਕੀ ਪਿਆਰ ਦਿਓ ਬਸੰਤ ਦਾ ਬਲੌਗ ਵੀ ਛੇਤੀ ਆਊਗਾ। ਬਸੰਤ ਦਾ ਚੱਲ ਬਸੰਤ ਵਾਲੇ ਦਿਨ ਤੋਂ ਅਗਲੇ ਦਿਨ ਪਤੰਗਾਂ ਦਾ ਬਲੌਗ ਆਊ ਜ਼ਰੂਰ। ਚਲੋ ਫਿਰ ਅੰਦਰ ਇੱਕ ਬੂਫਰ ਦਿਖਾ ਦਿੰਦੇ ਆ ਤੇ ਵਲੌਗ ਦੀ ਆਪਾਂ ਕਰਦੇ ਆ ਫਿਰ ਐਂਡਿੰਗ। ਆਪਣਾ ਵਲੌਗ ਆਪਾਂ ਵਿੱਚ ਮਾੜਾ ਜਿਹਾ ਦਿਖਾਵਾਂਗੇ ਤੇ ਵਲੌਗ ਉੱਥੇ ਐਂਡ ਕਰ ਦਾਂਗੇ। ਮਿਲਦੇ ਆ ਫਿਰ ਲਾ ਵੀ ਲੈਟਾਂ ਤੇ ਆ ਭਾਈਆ ਬੂਫਰ ਲਿਆਂਦੇ ਆ ਖਤਰੇ ਦਾ ਘੁੱਗ ਵੱਜਣ ਨੂੰ ਤਿਆਰ ਝਲਕ ਦਿਖਾਉਂਦੇ ਆ ਉਹ ਵੀ ਤੇ ਹੁਣ ਮੁੰਡਾ ਲੱਗਿਆ ਕੱਢਣ ਗਾਣੇ ਕਹਿੰਦੇ ਮੇਰੀ ਵੀਰੇ ਉਹ ਅਸਿਆ ਉਹ ਚੈੱਕ ਕਰਾਊ ਗਾਣਿਆਂ 'ਤੇ ਪਰ ਆਪਾਂ ਨੂੰ ਕਾਪੀਰਾਈਟ ਆਜੂ ਨੂੰ ਉਹੀ ਚੈੱਕ ਕਰਾਉਣੇ ਆਪਾਂ ਉਹ ਪਿਆ ਸਾਰਿਆਂ ਨੂੰ ਮੂਹਰੇ ਆਪਣਾ ਅਕਾਊਂਟ ਆ ਉਹ ਪਿਆ ਦੇਖੋ ਇਹਦੇ ਵੀ ਕਾਪੀਰਾਈਟ ਆਊ ਪਰ ਐਂ ਤਾਂ ਮਾੜੀ ਸਾਊਂਡ ਵੀ ਦਿਖਾਉਂਦੇ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਮਾੜਾ ਜਿਹਾ ਬੇਸ ਦਾ ਜਿਨ੍ਹਾਂ ਦੇ ਹੈੱਡਫੋਨ ਲਾਏ ਹੋਣਾ ਉਹਨਾਂ ਨੂੰ ਤਾਂ ਪਤਾ ਲੱਗ ਜਾਣਾ। ਜਿਵੇਂ ਲਾਈਵ ਸਟ੍ਰੀਮ ਆ ਵਿਆਹ ਦੀ ਆਹ ਵਾਲੀ ਜਿਹਦੇ ਉੱਤੇ ਖੜਾ ਗਾ ਇਹ ਆਹ ਵਾਲੀ ਇੱਥੇ ਆਈ ਸੀ ਇੱਕ ਮਿੰਟ ਤੁਹਾਨੂੰ ਦਿਖਾਉਂਦੇ ਆ ਉਹ ਕਿੱਧਰ ਗਿਆ ਵੱਟ ਉਹ ਤੀਰ ਜਿਹਾ ਭੁੱਲ ਗਿਆ ਇਹ ਆਹ ਵਾਲਾ ਆਹ ਵਾਲਾ ਆਈ ਤੇ ਵੀ ਬਹੁਤ ਪਿਆਰ ਦਿੱਤਾ ਦੇਖੋ ਤੁਸੀਂ ਫੁੱਲ ਸਪੋਰਟ ਕਰੀ ਆ ਵਾਲੇ ਇੱਧਰ ਇੱਧਰਲੇ ਤੇ ਵੀ ਪਹਿਲਾਂ ਆਈ ਤੇ ਵੀ ਆਹ ਵੀ ਸੀ ਵਿਆਹ ਤੇ ਬਾਕੀ ਕਮੈਂਟ ਕਰਿਓ ਵੀ ਇਹਦੇ ਵਾਂਗੂ ਆਪਾਂ ਆ ਵਿਆਹ ਵੀ ਲਾਈਵ ਲਾਈਏ ਜਾਂ ਨਾ ਲਾਈਏ ਲਾਈਵ ਆਪਾਂ ਆਪਦੇ ਕੋਲ ਦਿਖਾਵਾਂਗੇ।
ਹੁਣ ਇਹਦੀ ਚੈੱਕ ਕਰਾਉਣੇ ਆਪਾਂ। ਵਾਹ ਆਪਾਂ ਤੁਹਾਨੂੰ ਸ਼ੌਂਕ ਹੀ ਦਿਖਾਉਣੇ ਹੈਗਾ ਜੀ, ਇਹ ਤਾਂ ਪਤਾ ਨਹੀਂ ਲੱਗਦਾ ਹੁੰਦਾ ਕਿਉਂਕਿ ਆਪਾਂ ਮਿਹਨਤ ਇਹਨਾਂ 'ਚ ਬੇਸ ਹੀ ਦਿਖਾਉਣ ਵਾਲੀ ਹੁੰਦੀ ਆ, ਆਹ ਤਾਂ ਸਪੀਕਰਾਂ ਦਾ ਚੱਲ ਪਤਾ ਹੀ ਹੁੰਦਾ। ਇਸ ਲਈ ਆਪਾਂ ਨੂੰ ਇੱਕ ਸ਼ੌਂਕ ਇੱਕ ਛੋਟੇ ਛੋਟੇ ਕੱਟ ਕੱਟ ਕੇ ਲਾਵਾਂਗੇ ਆਪਾਂ, ਸ਼ੌਂਕ ਤੁਹਾਨੂੰ ਸੁਣਾਵਾਂਗੇ ਪਰ ਉਹ ਕੱਟ ਕੱਟ ਕੇ ਲਾਵਾਂਗੇ, ਦੇਖਿਓ ਤੁਸੀਂ। ਤੇ ਆਪਾਂ ਹੁਣ ਤੁਹਾਨੂੰ ਪੋਰਟਰੇਟ 'ਚ ਦਿਖਾਉਂਦੇ ਆ, ਠੀਕ ਆ। ਤੁਹਾਨੂੰ ਆਪਾਂ ਦਿਖਾਉਣ ਲੱਗਿਆ ਧਾਰਮਿਕ ਸੌਂਗਸ, ਇੱਕ ਚੈੱਕ ਕਰਿਓ ਜ਼ਰੂਰ। ਹੁਣ ਸੁਣੋ ਤੁਸੀਂ ਗਾਣਾ, ਧਾਰਮਿਕ ਗਾਣਾ ਨਹੀਂ ਮੀਨਸ ਕਿ ਧਾਰਮਿਕ ਸ਼ਬਦ ਜ਼ਰੂਰ ਸੁਣੋ। ਸ਼ਬਦ ਨਹੀਂ ਮਤਲਬ ਧਾਰਮਿਕ ਰਿਲੇਟਡ ਹੈਗੇ ਮਨਜੀਤ ਸਿੰਘ ਸੋਹੀ ਦੇ, ਤੁਸੀਂ ਸੁਣੇ ਹੋਣਗੇ ਜਿਹੜੇ ਵੀ ਤੁਹਾਨੂੰ ਪਤਾ ਹੈਗਾ। ਹੁਣ ਜਦੋਂ ਸ਼ਹੀਦੀ ਦਿਹਾੜੇ ਚੱਲਦੇ ਹੁੰਦੇ ਜ਼ਿਆਦਾਤਰ ਲੋਕ ਇਹਨਾਂ ਦੇ ਗਾਣੇ ਸੁਣਦੇ ਹੈਗੇ, ਸੁਣੋ ਤੁਸੀਂ। ਇਹਦਾ ਪਿਛਲੇ ਸਾਲ ਚੱਲਿਆ ਸੀਗਾ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਗਾਣੀ ਹੈ। ਹਾਂ ਇੱਕ ਹੀ ਜ਼ਿਆਦਾਤਰ ਉਹ ਚੱਲਿਆ ਗਾ ਗੋਲ ਦਮਾਲੇ ਤੇ ਸੁਨੇਹਾ। ਹਾਂ ਇੱਕ ਸੁੱਖ ਦਾ ਸੁਨੇਹਾ ਰੱਬਾ ਆਉਂਦਾ ਰੇ ਪੰਜਾਬ ਤੋਂ, ਉਹ ਚੱਲਿਆ ਤੇ ਇੱਕ ਆ ਗੋਲ ਦਮਾਲੇ ਚੱਲਿਆ। ਹਾਂ